ਜ਼ਿਲ੍ਹਾ ਲੁਧਿਆਣਾ ਵਿਖੇ ਇਲੈਕਸ਼ਨ ਕਮਿਸ਼ਨ ਦਾ ਜੋ ਪ੍ਰੋਸੈਸ ਹੈ ਮਾਡਲ ਕੋਡ ਆਫ ਕੰਡਕਟ ਦਾ, ਉਸ ਦੇ ਅਨੁਸਾਰ ਸਾਰੀ ਇਲੈਕਸ਼ਨ ਦੀ ਕਾਰਵਾਈ ਹੁਣ ਤੱਕ ਬਹੁਤ ਠੀਕ ਤਰੀਕੇ ਨਾਲ ਚੱਲ ਰਹੀ ਹੈ। ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਜ਼ਿਲ੍ਹਾ ਲੁਧਿਆਣਾ ਨੂੰ ਕੁੱਲ 14 ਅਸੈਂਬਲੀ ਹਲਕਿਆਂ 'ਚ ਵੰਡਿਆ ਗਿਆ। 14 ਹਲਕਿਆਂ ਦੇ ਵਿੱਚ ਜਿਹੜਾ ਨੋਮੀਨੇਸ਼ਨ ਦਾ ਪ੍ਰੋਸੈਸ ਹੈਗਾ ਉਹ ਕੰਪਲੀਟ ਹੋ ਚੁੱਕਿਆ। ਸਾਰੇ ਹਲਕਿਆਂ ਦੇ ਲਈ ਬੈਲਟ ਪੇਪਰ ਦੀ ਜਿਹੜੀ ਸਪਲਾਈ ਹੈਗੀ ਹੈ ਉਹ ਵੀ ਜਿਹੜੀ ਹੈਗੀ ਹੈ ਚੱਲ ਰਹੀ ਹੈ, ਔਰ ਅਗਲੇ 2 ਦਿਨਾਂ ਦੇ ਦੌਰਾਨ ਜਿਹੜਾ ਹੈਗਾ ਇਹਦੀਆਂ ਮਸ਼ੀਨਾਂ ਦੀ ਤਿਆਰੀ ਕੀਤੀ ਜਾਣੀ ਹੈ। ਸਟਾਫ ਦੀ ਰੈਂਡਮਾਈਜੇਸ਼ਨ ਕਰਨ ਤੋਂ ਬਾਅਦ ਹੁਣ ਤੱਕ 20,000 ਦੇ ਕਰੀਬ ਜਿਹੜਾ ਸਟਾਫ ਹੈ ਉਹਨੂੰ ਅਸੀਂ ਇਲੈਕਸ਼ਨ ਦੇ ਕੰਮ 'ਤੇ ਲਗਾਇਆ। ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਔਰ ਮਾਡਲ ਕੋਡ ਆਫ ਕੰਡਕਟ ਨੂੰ ਲਾਗੂ ਕਰਨ ਦੇ ਲਈ ਅਸੀਂ ਹਰ ਹਲਕੇ ਦੇ ਅੰਦਰ 9 ਸਟੈਟਿਕ ਸਰਵੇਲੈਂਸ ਟੀਮਾਂ, 9 ਜਿਹੜੀਆਂ ਫਲਾਇੰਗ ਸਕੁਐਡ ਟੀਮਸ, ਔਰ ਇਸ ਤੋਂ ਇਲਾਵਾ 3 ਵੀਡੀਓ ਵਿਊਇੰਗ ਟੀਮਸ ਲਗਾਈਆਂ ਨੇ। ਜਿਹੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕੋਈ ਇਲੀਗਲ ਜਾਂ ਗਲਤ ਥਾਂ 'ਤੇ ਜਿਹੜੇ ਪੋਸਟਰਸ ਨੇ ਉਹ ਜਿਵੇਂ ਵੀ ਕੋਈ ਸ਼ਿਕਾਇਤ ਮਿਲਦੀ ਹੈ ਜਾਂ ਅਦਰਵਾਈਜ਼ ਸਾਡੀਆਂ ਟੀਮਾਂ ਨੇ ਜਿਹੜੀ ਸੂਓ ਮੋਟੋ ਹੈ ਸਾਰੇ ਉਹਨਾਂ ਨੂੰ ਹਟਾਇਆ। ਇਸ ਤੋਂ ਇਲਾਵਾ 7 ਤਰੀਕ ਦੀ ਰਾਤ ਨੂੰ ਵੈਸੇ ਤਾਂ ਹੋਰ ਜਿਹੜੀਆਂ ਕੋਈ ਛੋਟੀਆਂ ਮੋਟੀਆਂ ਘਟਨਾਵਾਂ ਨੇ ਉਹਨਾਂ ਸ਼ਿਕਾਇਤਾਂ 'ਤੇ ਤਾਂ ਇਮੀਡੀਏਟਲੀ ਕਾਰਵਾਈ ਹੁੰਦੀ ਹੁੰਦੀ ਹੈ। 7 ਤਰੀਕ ਦੀ ਰਾਤ ਨੂੰ 2 ਪੋਲੀਟੀਕਲ ਪਾਰਟੀਜ਼ ਦੇ ਕੈਂਡੀਡੇਟਸ ਦੇ ਜਿਹੜੇ ਸਮਰਥਕ ਨੇ 62 ਆਤਮ ਨਗਰ ਉਹਦੇ ਵਿੱਚ ਉਹਨਾਂ ਦੀ ਜਿਹੜੀ ਕਹਾ ਸੁਣੀ ਹੋਈ ਹੈ, ਝੜਪ ਹੋਈ ਹੈ, ਉਸ ਸੰਬੰਧੀ ਡਿਟੇਲ ਦੇ ਵਿੱਚ CP ਸਾਹਿਬ ਤੁਹਾਨੂੰ ਦੱਸਣਗੇ। ਜਿਹੜੀ ਕਾਨੂੰਨੀ ਕਾਰਵਾਈ ਹੈਗੀ ਹੈ ਉਹ ਉਹਨਾਂ ਵੱਲੋਂ ਆਲਰੇਡੀ ਇਨੀਸ਼ੀਏਟ ਕਰ ਦਿੱਤੀ ਗਈ ਹੈ FIR ਦਰਜ ਕਰਕੇ, ਪਰ ਇਨ ਦਾ ਮੀਨ ਵਾਈਲ ਐਜ਼ ਅਬੰਡੈਂਸ ਪ੍ਰੀਕੋਸ਼ਨ ਰਿਟਰਨਿੰਗ ਆਫਿਸਰ ਵੱਲੋਂ ਇਲੈਕਸ਼ਨ ਮਸ਼ੀਨਰੀ ਦੇ ਤੌਰ 'ਤੇ ਦੋਨੋਂ ਹੀ ਕੈਂਡੀਡੇਟਸ ਜਿਨ੍ਹਾਂ ਦੇ ਵਿਚਾਲੇ ਝੜਪ ਹੋਈ ਸੀ, ਇੱਕ INC ਦੇ ਸੀਗੇ, ਦੂਜੇ LIB ਦੇ ਸੀਗੇ ਆਤਮ ਨਗਰ ਦੇ ਲਈ, ਦੋਨਾਂ ਦੇ ਨਾਲ ਰਾਊਂਡ ਦਾ ਕਲੋਕ 24 ਘੰਟਿਆਂ ਦੇ ਲਈ ਜਿਹੜੀ ਵੀਡੀਓ ਸਰਵੇਲੈਂਸ ਟੀਮ ਲਗਾ ਦਿੱਤੀ ਗਈ ਹੈ। ਇਹ ਕੈਂਡੀਡੇਟਸ ਜਿੱਥੇ ਜਿੱਥੇ ਵੀ ਮੂਵ ਕਰਦੇ ਨੇ ਆਪਦੇ ਪ੍ਰਚਾਰ ਦੇ ਲਈ 24 ਘੰਟੇ ਉਹਨਾਂ ਦੀ ਨਾਲ ਅਸੀਂ ਵੀਡੀਓ ਰਿਕਾਰਡਿੰਗ ਕਰ ਰਹੇ ਹਾਂ ਤਾਂ ਜੋ ਇਸ ਤਰ੍ਹਾਂ ਦੀ ਕੋਈ ਘਟਨਾ ਦੀ ਜਿਹੜੀ ਹੈਗੀ ਹੈ ਰੈਪੀਟੇਸ਼ਨ ਨਾ ਹੋਵੇ। ਮੈਂ ਸਾਰੇ ਵੋਟਰਸ ਨੂੰ ਇਹ ਭਰੋਸਾ ਦਵਾਉਂਦਾ ਕਿ ਕਿਸੇ ਵੀ ਵਿਅਕਤੀ ਨੂੰ ਜਾਂ ਕਿਸੇ ਕੈਂਡੀਡੇਟ ਨੂੰ ਕਾਨੂੰਨ ਨੂੰ ਆਪਦੇ ਹੱਥ 'ਚ ਲੈਣ ਦੀ ਜਿਹੜੀ ਹੈਗੀ ਆਗਿਆ ਨਹੀਂ ਦਿੱਤੀ ਜਾਵੇਗੀ, ਔਰ ਸਾਰੇ ਵੋਟਰ ਬਿਨਾਂ ਕਿਸੇ ਡਰ ਭੈ ਤੋਂ ਮਤਦਾਨ ਕਰਨ ਲਈ 20 ਤਰੀਕ ਨੂੰ ਵੱਧ ਤੋਂ ਵੱਧ ਸੰਖਿਆ 'ਚ ਅੱਗੇ ਆਉਣ। ਅਗਰ ਕੋਈ ਵੀ ਵਿਅਕਤੀ ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਕਿ ਇਸ ਕੇਸ ਦੇ ਵਿੱਚ ਕੀਤੀ ਗਈ ਹੈ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ, ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ 'ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਬਨ ਜਾਂ ਦੁਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।